ਜਿੱਥੇ ਡੀਜੀਪੀ ਦੇ ਬਿਆਨ ਦਾ ਮੁੱਦਾ ਗਰਮਾ ਰਿਹਾ ਤਾਂ ਨਾਲੋਂ ਨਾਲ ਜੇ ਦੇਖਿਆ ਜਾਵੇ ਤਾਂ ਰੂਸਾ ਆਲਮ ਦੀ ਫੋਟੋ ਵੀ ਆਮ ਆਦਮੀ ਪਾਰਟੀ ਨੇ ਹੱਥ 'ਚ ਫੜੀ ਹੋਈ ਆ। ਹਾਲਾਂਕਿ ਮੁੱਦਾ ਭਾਰਤ ਭੂਸ਼ਣ ਆਸ਼ੂ ਦੇ ਲੱਗੇ ਐਲੀਗੇਸ਼ਨਸ ਦਾ ਵੀ ਹੈਗਾ। ਬੀਬੀ ਜੀ ਪਹਿਲਾਂ ਸਮਝਣਾ ਚਾਹਾਂਗੇ, ਡੀਜੀਪੀ ਨੇ ਬਿਆਨ ਦਿੱਤਾ ਠੀਕ ਹੈ ਮੰਨਦੇ ਹਾਂ, ਪਰ ਰੂਸਾ ਆਲਮ ਦੇ ਵੀ ਫੋਟੋ 'ਤੇ ਕਾਟੀ ਲਾਈ ਹੈ, ਇਹਦੇ ਵਿੱਚ ਕੀ ਤੁਸੀਂ ਆਮ ਆਦਮੀ ਪਾਰਟੀ ਡਿਮਾਂਡ ਕਰ? ਮੈਨੂੰ ਇੱਕ ਗੱਲ ਦੱਸੋ, ਇੱਧਰ ਸਾਡੇ ਐਡੇ ਸੀਨੀਅਰ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੇ ਆ, ਅਤੇ ਕੈਪਟਨ ਸਾਹਿਬ ਦੇ ਨਿੱਜੀ ਦੋਸਤ ਹੋ ਸਕਦੀ ਹੈ ਇਹ, ਠੀਕ ਹੈ, ਪਰ ਜੇ ਉਹਦੇ ਇਹਨਾਂ ਨਾਲ ਵੀ ਲਿੰਕ ਆ ਅਤੇ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਦਿੱਤਾ ਤਾਂ ਸਭ ਤੋਂ ਵੱਡਾ ਮੰਦਭਾਗਾ ਬਿਆਨ ਹੈ, ਕਿਉਂਕਿ ਉਹਨਾਂ ਨੇ ਕਿਹਾ ਕਰਤਾਰਪੁਰ ਲਾਂਘੇ ਦੇ ਵਿੱਚ ਜਿੰਨੇ ਲੋਕ ਵੀ ਗਏ ਉਹ ਅੱਤਵਾਦੀ ਬਣ ਕੇ ਵਾਪਸ ਆਉਣਗੇ। ਮੈਂ ਤਾਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ, ਡੀਜੀਪੀ ਸਾਹਿਬ ਥੋੜ੍ਹੀ ਜਿਹੀ ਦੇਰ ਪਹਿਲਾਂ ਤੁਸੀਂ ਬੜਾ ਸਾਰਾ ਮੰਤਰੀ ਮੰਡਲ ਵੈਰੀਫਾਈ ਕਰਕੇ ਭੇਜਿਆ ਸੀ, ਉਹਨਾਂ 'ਚੋਂ ਦੱਸੋ ਕਿੰਨੇ ਵਾਪਸ ਆਏ ਆ। ਕਿਤੇ ਜਨਮੇਜਰ ਜਿਹੜੇ ਸੇਖੋਂ ਸਾਹਿਬ ਦੇ ਰਹੇ ਆ ਬਿਆਨ, ਉਹਨਾਂ 'ਚੋਂ ਇੱਕ ਅੱਧਾ ਉਹੀ ਤਾਂ ਨਹੀਂ ਵਾਪਸ ਆ ਗਿਆ ਤੁਹਾਨੂੰ ਪਤਾ ਲੱਗ ਗਿਆ ਹੋਵੇ। ਰੂਸਾ ਆਲਮ ਦੀ ਮੇਨ ਤੁਸੀਂ ਕੀ ਇਹਦੇ ਵਿੱਚ ਦੇਖੀਏ ਸ਼ਮੂਲੀਅਤ ਕਹੀਏ ਜਾਂ ਪਾਰਟ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਤੁਸੀਂ, ਕਿਉਂਕਿ ਰੂਸਾ ਆਲਮ ਦਾ ਜਿਹੜਾ ਹੁਣ ਤੱਕ ਦਾ ਇੱਕ ਪੂਰਾ ਕਰੈਕਟਰ ਲੋਕਾਂ ਦੇ ਸਾਹਮਣੇ ਰਿਹਾ ਕਿ ਮਹਿਲਾ ਦੋਸਤ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਦੇ? ਦੇਖੋ ਜੀ, ਇਹ ਇੱਕ ਕੈਪਟਨ ਸਾਹਿਬ ਦੀ ਨਿੱਜੀ ਦੋਸਤ ਹੋ ਸਕਦੀ ਹੈ, ਪਰ ਜਦੋਂ ਉਹ ਸਾਡੇ ਮੰਤਰੀਆਂ ਦੇ ਨਾਲ ਜਦੋਂ ਸਾਡੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲਿਆਂ ਨੇ ਮਿਲਦੇ ਆ ਤਾਂ ਲੋਕਾਂ ਨੇ ਸਾਡੀ ਕਿਤੇ ਨਾ ਕਿਤੇ ਸਿਕਰੇਸੀ 'ਚ ਪ੍ਰੋਬਲਮ ਆ ਸਕਦੀ ਆ। ਸਾਨੂੰ ਇਹ ਵੀ ਪਸੰਦ ਨਹੀਂ ਕਿ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਣ। ਜੇ ਇਹਨਾਂ ਨੇ ਕੋਈ ਬਿਆਨ ਦਿੱਤਾ, ਉਹਨਾਂ ਨੇ ਨਿੱਜੀ ਦੋਸਤਾਂ ਨੂੰ ਅਸੀਂ ਇਸ ਕਰਕੇ ਨਾਲ ਰੱਖਿਆ ਹੋਇਆ, ਘੱਟੋ ਘੱਟ ਕੋਈ ਤਾਂ ਉਹਨੂੰ ਸਮਝਾ ਲਓ। ਸਮਝਦੇ ਵੀ ਡੀਜੀਪੀ ਇੱਕ ਪਾਸੇ ਸਵਾਲ ਖੜਾ ਕਰ ਰਹੇ ਨੇ, ਜਿਹੜੇ ਲੋਕ ਕਰਤਾਰਪੁਰ ਉੱਥੇ ਮੱਥਾ ਟੇਕਣ ਜਾ ਰਹੇ ਨੇ ਕਿ ਉਹ ਇਹ ਹੋ ਸਕਦੇ ਨੇ, ਚਲੋ ਡੀਜੀਪੀ ਦੀ ਵੀ ਮੰਨ ਲਈਏ ਵੀ ਉਹਨਾਂ ਨੇ ਸਾਰਿਆਂ ਨੂੰ ਨਹੀਂ ਕਿਹਾ, ਪਰ ਦੂਜੇ ਪਾਸੇ ਉੱਥੋਂ ਇੱਕ ਬਾਹਰਲੀ ਹੀ ਜੇ ਕਹੀਏ ਕਿ ਮਹਿਲਾ ਦੇ ਨਾਲ ਉਹ ਖੁਦ ਨਜ਼ਰ ਆ ਰਹੇ ਨੇ, ਇਹ ਤੁਹਾਡਾ ਕਹਿਣਾ ਕਿ? ਸਭ ਤੋਂ ਪਹਿਲਾਂ ਤਾਂ ਦੇਖੋ ਜੀ, ਮੇਰੀ ਗੱਲ ਸੁਣੋ, ਡੀਜੀਪੀ ਸਾਹਿਬ ਦੇ ਡੀਜੀਪੀ ਸਾਹਿਬ ਸਪਸ਼ਟ ਕਰਨ ਬਈ ਇਹ ਕੈਪਟਨ ਸਾਹਿਬ ਦੀ ਫਰੈਂਡ ਹੋ ਸਕਦੇ ਆ। ਦੂਸਰੀ ਗੱਲ ਬਈ, ਸਭ ਤੋਂ ਪਹਿਲਾਂ ਇਹ ਦੱਸਣ ਵੀ ਤੁਹਾਨੂੰ ਜਿਹੜੇ ਅੱਤਵਾਦੀ ਲੱਭੇ ਉਹ ਵੀ ਜਨਤਕ ਕਰ ਦਿਓ, ਕਿੰਨੇ ਕੁ ਲੱਭ ਗਏ? ਤੁਸੀਂ ਐਵੇਂ ਹਵਾ 'ਚ ਤਲਵਾਰ ਛੱਡਤੀ, ਸਾਡੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ, ਇਹ ਚੀਜ਼ ਅਸੀਂ ਉਹਨਾਂ ਦੀ ਬਰਖਾਸਤਗੀ ਦੀ ਮੰਗ ਕਰਦੇ ਹਾਂ। ਆਮ ਆਦਮੀ ਪਾਰਟੀ ਵੱਲੋਂ ਜਿੱਥੇ ਡੀਜੀਪੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਨੇ ਤਾਂ ਨਾਲ ਇਹ ਵੀ ਹੁਣ ਜਵਾਬ ਮੰਗਿਆ ਜਾ ਰਿਹਾ ਕਿ ਉਹਨਾਂ ਕੋਲ ਕਿਸ ਤਰ੍ਹਾਂ ਦਾ ਇਨਪੁੱਟ ਸੀ ਜਾਂ ਕਿਹੜੇ ਲੋਕ ਉਹਨਾਂ ਨੇ ਜਾਂਚ ਦੇ ਘੇਰੇ ਵਿੱਚ ਲਿਆ ਕੇ ਡਿਟੈਕਟ ਕੀਤੇ ਹੈਗੇ ਨੇ ਜਿੱਥੋਂ ਇਹ ਖਸਾ ਜਾਪਿਆ। ਨਾਲੋਂ ਨਾਲ ਆਮ ਆਦਮੀ ਪਾਰਟੀ ਵੱਲੋਂ ਰੂਸਾ ਆਲਮ 'ਤੇ ਵੀ ਹੁਣ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਜੋ ਬਾਹਰਲੀ ਮਹਿਲਾ ਹੈਗੀ ਆ ਉਹਦੇ ਨਾਲ ਬੇਸ਼ੱਕ ਉਹ ਨਿੱਜੀ ਦੋਸਤ ਹੋ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ, ਪਰ ਡੀਜੀਪੀ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਫੋਟੋ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਤਾਂ ਆਖਿਰਕਾਰ ਉਹਨਾਂ ਦਾ ਕੀ ਸੰਬੰਧ ਹੈਗਾ ਇਹ ਸਪਸ਼ਟ ਕਰਨ ਕਿਹਾ ਜਾ ਸਕਦਾ ਹੈ। ਡੀਜੀਪੀ ਦਾ ਬਿਆਨ ਅੱਜ ਦੀ ਰਾਜਨੀਤੀ ਦਾ ਮੁੱਖ ਮੁੱਦੇ ਦੇ ਤੌਰ ਤੇ ਆਮ ਆਦਮੀ ਪਾਰਟੀ ਚੱਕਦੀ ਹੋਈ ਨਜ਼ਰ ਆ ਰਹੀ ਹੈ ਤੇ ਕਿਤੇ ਨਾ ਕਿਤੇ ਹੁਣ ਰੂਸਾ ਆਲਮ ਨੂੰ ਲੈ ਕੇ ਵੀ ਸਵਾਲ ਖੜੇ ਹੋਣੇ ਸ਼ੁਰੂ ਹੋ ਚੁੱਕੇ ਨੇ। ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਸੁਮੀ ਜੋਸ਼ੀ, ਤੰਤਰ ਟੀਵੀ, ਚੰਡੀਗੜ੍ਹ।